ਇੰਡਸਟਰੀ ਦੀ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਦੇਸੀ ਤੜਕਾ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ। ਸਾਡੇ ਨਾਲ ਸਨੈਪਚੈਟ ਤੇ ਕੰਟੈਕਟ ਕਰਨ ਵਾਸਤੇ ਫੋਲੋ ਕਰ ਸਕਦੇ ਹੋ ਦੇਸੀ ਤੜਕਾ ਲਾਈਵ ਦੇਸੀ ਤੜਕਾ ਲਾਈਵ। ਫਿਲਮ ਲਾਈਨ ਦੇ ਜਿਹੜੇ ਬੰਦੇ ਆ ਕੇ ਇੱਥੇ ਕੰਮ ਕਰਕੇ ਗਏ ਉਹਨਾਂ ਨੇ ਤੁਹਾਡੀ ਕੋਈ ਬਾਤ ਨਹੀਂ ਪੁੱਛੀ, ਤੁਹਾਡੀ ਕੋਈ ਹੈਲਪ ਨਹੀਂ ਕੀਤੀ, ਇਹ ਕਿੱਥੋਂ ਤੱਕ ਸਹੀ ਹੈਗੀ? ਤੁਹਾਡੇ 'ਚ ਅਸਲ ਦੇ ਵਿੱਚ ਉਹਨਾਂ ਨੇ ਕੀ ਕੁਛ ਕੀਤਾ ਤੁਸੀਂ ਆਪਣੇ ਮੂੰਹ ਦੇ? ਨਹੀਂ, ਮੈਂ ਸੁਣਨ ਸਾਡੇ ਵਾਸਤੇ ਬਹੁਤ ਕੁਝ ਕੀਤਾ, ਬੱਚਿਆਂ ਵਾਸਤੇ ਕਾਫੀ ਸਮਾਨ ਲੈ ਕੇ ਦਿੱਤਾ ਉਹਨਾਂ ਨੇ। 15-20 ਦਿਨ ਟੋਟਲ ਸ਼ੂਟ ਚੱਲਿਆ। ਜਿਹੜੇ ਉਹ ਤੁਹਾਡੇ ਕੋਲ ਆਏ ਸੀ ਜਿਨ੍ਹਾਂ ਨੇ ਉਹ ਗੱਲ ਕਹੀ ਕਿ 2.5 ਮਹੀਨੇ ਸ਼ੂਟ ਚੱਲਿਆ, ਉਹ ਤੁਸੀਂ ਉਦਾਂ ਕਿਉਂ ਕਿਹਾ? ਉਹ ਵੈਸੇ ਮੈਂ ਤਾਂ ਨੋਰਮਲ ਸੁਭਾਅ ਵਿੱਚ ਕਹਿ ਹੋ ਗਿਆ। ਅਤੇ ਉਹਨਾਂ ਨੇ ਤੁਹਾਨੂੰ ਕਹਿਣ ਲਈ ਕਿਹਾ ਸੀ ਇਹ ਗੱਲ? ਹਾਂਜੀ। ਸਤਿ ਸ਼੍ਰੀ ਅਕਾਲ ਦੋਸਤੋ, ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਲੌਂਗ ਇਲਾਚੀ ਫਿਲਮ ਦੇ ਇਸ ਸੈੱਟ ਬਾਰੇ, ਜਿਸ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ ਮਿਰਜ਼ਾਪੁਰ। ਉਹ ਕਿਹਾ ਗਿਆ ਜੀ ਕਿ ਇਸ ਘਰ ਦੇ ਜਿਹੜੇ ਵੀ ਮੈਂਬਰ ਸੀਗੇ ਫਿਲਮ ਦੀ ਟੀਮ ਵੱਲੋਂ, ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ, ਉਹਨਾਂ ਦੇ ਪਰਿਵਾਰ ਨੂੰ ਕੋਈ ਹੈਲਪ ਨਹੀਂ ਦਿੱਤੀ ਗਈ, ਉਹਨਾਂ ਦੇ ਇਸ ਜਗ੍ਹਾ ਦਾ ਉੱਤੇ ਫਾਇਦਾ ਚੱਕਿਆ ਗਿਆ। ਅਸਲ ਸੱਚਾਈ ਕੀ ਹੈ? ਆਓ ਘਰਦਿਆਂ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਉਸ ਸੱਚਾਈ ਬਾਰੇ। ਸੋ ਕਾਫੀ ਦਿਨਾਂ ਤੋਂ ਜੀ ਇੱਕ ਵੀਡੀਓ ਚੱਲਦੀ ਪਈ ਆ, ਉਸ ਵੀਡੀਓ ਦੇ ਵਿੱਚ ਕਿਹਾ ਗਿਆ ਹੈਗਾ ਕਿ ਆਪਣੇ ਘਰ ਦੇ ਵਿੱਚ ਲੌਂਗ ਇਲਾਚੀ ਫਿਲਮ ਦੀ ਜਿਹੜੀ ਸ਼ੂਟਿੰਗ ਆ ਉਹ ਤਕਰੀਬਨ 2.5 ਮਹੀਨਿਆਂ ਦੇ ਕਰੀਬ ਹੋਈ ਆ। ਉਹ 2.5 ਮਹੀਨੇ ਇੱਥੇ ਸ਼ੂਟ ਕਰਕੇ ਫਿਲਮ ਲਾਈਨ ਦੇ ਜਿਹੜੇ ਬੰਦੇ ਆ ਕੇ ਇੱਥੇ ਕੰਮ ਕਰਕੇ ਗਏ ਉਹਨਾਂ ਨੇ ਤੁਹਾਡੀ ਕੋਈ ਬਾਤ ਨਹੀਂ ਪੁੱਛੀ, ਤੁਹਾਡੀ ਕੋਈ ਹੈਲਪ ਨਹੀਂ ਕੀਤੀ, ਇਹ ਕਿੱਥੋਂ ਤੱਕ ਸਹੀ ਹੈਗੀ? ਤੁਹਾਡੇ 'ਚ ਅਸਲ ਦੇ ਵਿੱਚ ਉਹਨਾਂ ਨੇ ਕੀ ਕੁਛ ਕੀਤਾ ਤੁਸੀਂ ਆਪਣੇ ਮੂੰਹ? ਨਹੀਂ, ਮੈਂ ਸੁਣਨ ਸਾਡੇ ਵਾਸਤੇ ਬਹੁਤ ਕੁਝ ਕੀਤਾ, ਬੱਚਿਆਂ ਵਾਸਤੇ ਕਾਫੀ ਸਮਾਨ ਲੈ ਕੇ ਦਿੱਤਾ ਉਹਨਾਂ ਨੇ। ਅੱਛਾ, ਤੇ ਉਹਨਾਂ ਨੇ ਸਾਡੀ ਕਾਫੀ ਹੈਲਪ ਕੀਤੀ। ਓਕੇ, ਇੱਕ ਜਿਹੜਾ ਕਮਰਾ ਜੀ ਇਨਕੰਪਲੀਟ ਪਿਆ ਗਾ, ਇਹ ਇਨਕੰਪਲੀਟ ਹੈਗਾ ਜਿਹੜਾ ਕੰਪਲੀਟ ਨਹੀਂ ਹੋ ਸਕਿਆ, ਇਹ ਕਿਸ ਕਾਰਨ ਕਰਕੇ ਹੋ ਸਕਿਆ? ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਸੀਗੀ ਕਿ? ਹਾਂਜੀ ਕੀਤੀ। ਹਾਂਜੀ, ਕੀ ਕਾਰਨ ਸੀ ਇਹ ਦੱਸਿਓ? ਉਹਨਾਂ ਨੇ ਕਿਹਾ ਸੀਗਾ ਤੁਹਾਨੂੰ ਲੈਂਟਰ ਪਾ ਕੇ ਦੇਵਾਂਗੇ ਸ਼ੂਟ ਤੋਂ ਬਾਅਦ ਹੀ। ਅੱਛਾ, ਸ਼ੂਟਿੰਗ ਤੋਂ ਬਾਅਦ? ਹਾਂਜੀ। ਪਹਿਲਾਂ ਉਹ ਕਮਰਾ ਦੂਜੀ ਜਗ੍ਹਾ ਪਖੂਹ ਅਤੇ ਪੰਚਾਇਤੀ ਜਗ੍ਹਾ 'ਚ ਪਾਉਣ ਲੱਗੇ ਸੀਗੇ, ਫਿਰ ਉਹਨਾਂ ਨੇ ਸੋਚਿਆ ਵੀ ਚਲੋ ਇਹਨਾਂ ਦਾ ਕੰਮ ਆਜੂਗਾ ਕਮਰਾ ਹੀ, ਅਤੇ ਸਾਡੀ ਜਗ੍ਹਾ ਵਿੱਚ ਪਾਤਾ ਫਿਰ ਉਹਨਾਂ ਨੇ ਦੂਜੀ ਵਾਰੀ। ਠੀਕ ਹੈ, ਹੋਰ ਘਰ ਦੇ ਲਈ ਕੁਛ ਕੀ ਕੁਛ ਕੀਤਾ ਜੀ ਉਹਨਾਂ ਨੇ ਘਰ ਦੇ ਇੱਧਰ? ਹਾਂਜੀ, ਉਹਨਾਂ ਨੇ ਸਜਾਵਟ ਕੀਤੀ ਅਤੇ ਕਲਰ ਕੁਲਰ ਕੀਤੇ ਘਰ ਨੂੰ ਜੀ। ਜੀ, ਕਿੰਨੇ ਦਿਨ ਸ਼ੂਟਿੰਗ ਚੱਲੀ ਸੀ ਇਸ ਘਰ ਦੇ ਵਿੱਚ? 15-20 ਦਿਨ ਸ਼ੂਟਿੰਗ ਚੱਲੀ ਸਾਡੇ ਘਰ। 15-20 ਦਿਨ ਸ਼ੂਟਿੰਗ ਚੱਲੀ, ਅਤੇ ਕਦੋਂ ਦੇ ਗੱਲ ਕਰਕੇ ਗਏ ਸੀ ਤੁਹਾਡੇ ਨਾਲ ਇਸ ਸ਼ੂਟਿੰਗ ਬਾਰੇ? ਉਸ ਤੋਂ ਬਾਅਦ 10 ਦਿਨ ਪਹਿਲਾਂ ਕਰਕੇ ਗਏ ਸੀ ਗੱਲ ਸ਼ੂਟਿੰਗ ਤੋਂ ਪਹਿਲਾਂ ਹੀ। ਅਤੇ 15-20 ਦਿਨ ਟੋਟਲ ਸ਼ੂਟ ਚੱਲਿਆ? ਜਿਹੜੇ ਉਹ ਤੁਹਾਡੇ ਕੋਲ ਆਏ ਸੀ ਜਿਨ੍ਹਾਂ ਨੇ ਉਹ ਗੱਲ ਕਹੀ ਕਿ 2.5 ਮਹੀਨੇ ਸ਼ੂਟ ਚੱਲਿਆ, ਉਹ ਤੁਸੀਂ ਉੱਦਾਂ ਕਿਉਂ ਕਿਹਾ? ਉਹ ਵੈਸੇ ਮੈਂ ਤਾਂ ਨੋਰਮਲ ਸੁਭਾਅ ਵਿੱਚ ਕਹਿ ਹੋ ਗਿਆ ਜੀ। ਅਤੇ ਉਹਨਾਂ ਨੇ ਤੁਹਾਨੂੰ ਕਹਿਣ ਲਈ ਕਿਹਾ ਸੀ ਇਹ ਗੱਲ? ਹਾਂਜੀ। ਠੀਕ ਹੈ ਜੀ। ਹਾਂਜੀ, ਜਿਸ ਤਰ੍ਹਾਂ ਲੌਂਗ ਇਲਾਚੀ ਮੂਵੀ ਵਾਲੇ ਆਏ ਸੀ ਸਾਰੇ ਸਾਡੇ ਨਾਲ ਪਰਿਵਾਰ ਦੀ ਤਰ੍ਹਾਂ ਰਹੇ, ਉਹਨਾਂ ਨੇ ਸਾਡੇ ਨਾਲ ਕਾਫੀ ਉਹਦੇ ਨਾਲ ਪਿਆਰ ਨਾਲ ਗੱਲਬਾਤ ਕੀਤੀ ਰੋਜ਼ ਹੀ, ਅਤੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਰਹੇ ਸਾਡੇ ਨਾਲ। ਅਤੇ ਦੂਸਰੀ ਗੱਲ, ਤੁਸੀਂ ਕੁਝ ਝੂਠਤਾ ਨਹੀਂ ਬੋਲੇ, ਜੋ ਸੱਚਾਈ ਹੈ ਤੁਸੀਂ ਉਹੀ ਬੋਲ ਰਹੇ ਹੋ, ਤੁਸੀਂ ਬਿਲਕੁਲ ਸੱਚ ਬੋਲ ਰਹੇ, ਕਿਸੇ ਦੇ ਦਬਾਅ ਜਾਂ ਕੋਈ ਇਦਾਂ ਦੀ ਨਹੀਂ, ਕੋਈ ਦਬਾਅ ਨਹੀਂ। ਉੱਪਰ ਮਿਲਦੇ ਹਾਂ ਇਸ ਪਿੰਡ ਦੇ ਮਿਸਤਰੀ ਨਾਲ ਜਿਨ੍ਹਾਂ ਨੇ ਇਸ ਘਰ ਦਾ ਕੰਸਟਰਕਸ਼ਨ ਕੀਤੀ ਹੈ ਫਿਲਮ ਦੇ ਟਾਈਮ 'ਤੇ, ਵੀ ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਬਿਲਡਿੰਗ ਦੀ ਕੀ ਕੰਡੀਸ਼ਨ ਹੈ। ਸਤਿ ਸ਼੍ਰੀ ਅਕਾਲ ਭਾਜੀ, ਆਹ ਤੁਸੀਂ ਬਣਾਇਆ ਜੀ? ਹਾਂਜੀ, ਮੈਂ ਬਣਾਇਆ ਜੀ। ਅਤੇ ਇਹਦੀ ਕੰਸਟਰਕਸ਼ਨ ਦੇ ਲਈ ਤੁਸੀਂ ਇਹਦਾ ਲੈਂਟਰ ਕਿਉਂ ਨਹੀਂ ਪਾਇਆ? ਦੱਸੂਗੇ, ਇਹ ਲੈਂਟਰ ਦੀ ਉਸ ਟਾਈਮ ਟਾਈਮ ਨਹੀਂ ਥਾ। ਹਾਂਜੀ, ਇਸ ਟਾਈਮ ਸ਼ੂਟਿੰਗ ਟਾਈਮ ਨਹੀਂ ਥਾ, ਉਹ ਵੀ ਬਹੁਤ ਮੁਸ਼ਕਿਲ ਸੇ ਖੜੇ ਕਰੇ। ਠੀਕ ਹੈ ਜੀ। ਅਬ ਇਸ ਟਾਈਮ ਪਾਣੀ ਨੂੰ ਕਹਿ ਰਹੇ ਹੈ ਤਾਂ ਵੀ ਮੇਰੇ ਪਾਸ 25 ਤਾਰੀਖ ਤੱਕ ਟਾਈਮ ਨਹੀਂ ਹੈ, ਉਸਕੇ ਬਾਅਦ ਲੈਂਟਰ ਪਾ ਦੂੰਗਾ ਫਿਰ। ਬਿਲਕੁਲ, ਤੁਹਾਨੂੰ ਉਹਨਾਂ ਨੇ ਪਹਿਲਾਂ ਕਿਹਾ ਸੀ ਇਸਦਾ ਲੈਂਟਰ ਪਾਉਣਾ, ਪਹਿਲਾਂ ਗੱਲ ਹੋਈ ਸੀ, ਗੱਲ ਹੋਈ ਸੀ ਜੀ, ਤੇ ਤੁਹਾਡੇ ਕੋਲ ਟਾਈਮ ਨਹੀਂ ਸੀ? ਟਾਈਮ ਨਹੀਂ ਸੀ ਜੀ। ਤੇ ਉਹਨਾਂ ਨੇ ਐਡਵਾਂਸ ਵੀ ਦਿੱਤਾ ਸੀ ਤੁਹਾਨੂੰ ਇਸ ਕੰਮ ਦੇ ਲਈ? ਐਡਵਾਂਸ ਸਹੀ ਵੀ ਆਏ ਮੇਰੇ ਪਾਸ, ਐਡਵਾਂਸ ਵੀ ਜੀ। ਕਮਰੇ ਬਾਰੇ ਸਾਨੂੰ ਦੱਸੋਗੇ ਕਿ ਕਮਰਾ ਮਜ਼ਬੂਤ ਹੈ ਜਾਂ ਕੱਚਾ ਹੈ, ਕਿੱਦਾਂ ਦਾ ਕਮਰਾ ਹੈ? ਕਮਰਾ ਹੈ ਜੀ ਬਾਬਾ ਜੀ, ਕਮਰਾ ਮਜ਼ਬੂਤ ਹੈ, ਕਿਉਂਕਿ ਸ਼ੂਟਿੰਗ ਵਾਲੇ ਹਰ ਇੱਕ 9 ਇੰਚ ਨੇਗੇ ਅਤੇ ਉਹ 4 ਇੰਚ ਵੀ ਕਰ ਦਿੱਤੇ ਤੇ। ਬਿਲਕੁਲ, ਇਹ ਕਰਕੇ ਕਿ ਘਰ ਵਾਲੇ ਕਿਸੇ ਦਾ ਨੁਕਸਾਨ ਨਾ ਹੋ ਤਾਂ ਕਰਕੇ 9 ਇੰਚ ਕੰਧ ਕਰਿਆ ਵਾ। ਇਹ ਜਿਹੜਾ ਕਮਰਾ ਕਿੰਨਾ ਕੁ ਮਜ਼ਬੂਤ ਹੈ, ਇਸ ਘਰ ਦੇ ਰਹਿਣ ਦੇ ਲਾਇਕ ਹੈਗਾ? ਹਾਂਜੀ ਹਾਂਜੀ, ਇਹ ਮਜ਼ਬੂਤ ਹੈ ਇਸ ਟਾਈਮ ਦੀ। ਫਿਲਮੀ ਕਮਰਾ ਨਹੀਂ, ਨਹੀਂ ਫਿਲਮ ਕੰਮ ਵਾਲਾ ਨਹੀਂ ਕਰਿਆ ਹੋਇਆ, ਇਹ ਮੇਰੇ ਹੱਥ 'ਚ ਕਰਿਆ ਹੋਇਆ ਕੰਮ ਹੈ, ਤਾਂ ਹੀ 9 ਇੰਚ ਕੰਧ ਕਰਿਆ, ਇਹ ਇੰਨਾ ਪਰਦੀ ਨਹੀਂ ਹੈ, 4 ਇੰਚ ਨਹੀਂ ਹੈ। ਠੀਕ ਹੈ ਜੀ। ਤੋੜ ਕੇ ਦੁਬਾਰਾ ਚੁਣਾਈ ਕਰਕੇ ਉੱਚੀ ਚੱਕਣੀ ਹੈ ਜੀ, ਕਿਉਂ ਥੱਲੇ ਮਜ਼ਬੂਤ ਕਰਨਾ, ਵਰਤਾ ਕਰਨਾ ਹੈ। ਠੀਕ ਹੈ ਜੀ। ਮਿਸਤਰੀ ਘੱਟ ਮਿਲਤਾ, ਮਿਸਤਰੀ ਮਿਲਤੇ ਨਹੀਂ, ਇਸ ਕਾਰਨ ਮੈਂ ਕਿਉਂਕਿ ਗੜਬੜ ਕੰਮ ਤੋਂ ਮੈਂ ਆਪੇ ਕਰ ਦਿੱਤਾ। ਹਾਂਜੀ, ਠੀਕ ਹੈ ਜੀ, ਤਾਂ ਕਰਕੇ ਮੈਂ ਇਸ ਕੰਮ ਕੋ ਮੈਂ ਆਪੇ ਫਾਈਨਲ ਕਰ ਦੂੰਗਾ, ਔਰ ਇਹ ਮਿਸਤਰੀ ਨਹੀਂ ਮਿਲਤੇ ਹੈ। ਇਸ ਪਿੰਡ ਚ ਤੁਸੀਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਪਿੰਡ ਚ? ਮੈਨੂੰ 16 ਸਾਲ ਹੋਇਆ। ਸਾਰੇ ਪਿੰਡ ਦਾ ਕੰਮ ਤੁਸੀਂ ਕਰਦੇ ਹੋ? ਇਸੀ ਕਰਦੇ ਤੇ ਬਾਹਰੋਂ ਕੋਈ ਮਿਸਤਰੀ ਨਹੀਂ ਆਉਂਦਾ? ਮਿਸਤਰੀ ਆਂਦੇ ਵੇ ਤਾਂ 2 ਦਿਨ ਵਾਸਤੇ ਜੀ, ਬਾਕੀ 2-3 ਦਿਨ ਨਹੀਂ ਲਾਉਂਦੇ, ਫਿਰ 5-7 ਦਿਨ ਜ਼ਿਆਦਾ ਟਾਈਮ? ਹਾਂ, ਸਿਰਫ 2-3 ਦਿਨ ਲਾਉਂਦੇ ਬਸ।
ਠੀਕ ਹੈ। ਮੌਜੂਦ ਨੇ ਪਿੰਡ ਦੇ ਬਜ਼ੁਰਗ ਆ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਤਾਂ ਨਹੀਂ ਕੋਈ ਦਿੱਕਤ ਆਈ ਇਸ ਫਿਲਮ ਦੀ ਸ਼ੂਟਿੰਗ ਦੌਰਾਨ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ, ਜਦੋਂ ਇਸ ਪਿੰਡ 'ਚ ਫਿਲਮ ਸ਼ੂਟ ਹੋ ਰਹੀ ਸੀ, ਤੁਹਾਨੂੰ ਕੋਈ ਤਕਲੀਫ ਹੋਈ ਹੋਵੇ? ਨਹੀਂ, ਸਾਡੇ ਕੋਈ ਕਿਲਤ ਨਹੀਂ ਹੋਈ, ਕੋਈ ਤਕਲੀਫ ਨਹੀਂ ਹੋਈ। ਅਤੇ ਜਿਹੜੇ ਟੀਮ ਸੀ ਸਾਰੀ ਫਿਲਮ ਦੀ, ਉਹ ਤੁਹਾਡੇ ਨਾਲ ਚੰਗਾ ਸੀ? ਹਾਂਜੀ ਹਾਂ, ਸਾਡੀ ਕਿਰਤ ਚੰਗਾ ਵਰਤਾਓ ਹੋਇਆ। ਬੱਚਿਆਂ ਨਾਲ ਕਿੱਦਾਂ? ਬੱਚਿਆਂ ਨਾਲ ਵੀ, ਬੁੜਿਆਂ ਨਾਲ ਵੀ, ਸਿਆਣਾ ਗੱਲ ਸਭ ਗੱਲ ਚੰਗੀ ਮੇਲ ਕੇਲ ਕਰਿਆ ਕੋਈ। ਠੀਕ ਹੈ। ਤੇ ਜਿਹੜੇ ਆਰਟਿਸਟ ਆਏ ਸੀ ਉਹ ਵੀ ਵਧੀਆ ਰਹੇ? ਹਾਂਜੀ ਹਾਂ, ਸਾਡੀ ਗੱਲ ਤਾਂ ਸਭ ਵਿਚਾਰੇ ਚੰਗੇ ਰਹੇ, ਕਿਸੇ ਨੇ ਤੰਗ ਤਾਂ ਨਹੀਂ ਕੀਤਾ? ਸਾਨੂੰ ਕੋਈ ਕਿਸੇ ਨੇ ਤੰਗ ਨਹੀਂ ਕਰਿਆ। ਸੋ ਅਸਲ ਸੱਚਾਈ ਇਹੀ ਹੈ ਕਿ ਜਿਹੜੇ ਆਰਟਿਸਟ ਹੁੰਦੇ ਨੇ, ਜਿਹੜੇ ਕਲਾਕਾਰ ਹੁੰਦੇ ਨੇ, ਉਹਨਾਂ ਨੂੰ ਇਹਨਾਂ ਮਕਾਨਾਂ ਨਾਲ, ਇਹਨਾਂ ਇੱਟਾਂ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਗਰਾਊਂਡ ਲੈਵਲ ਦੀਆਂ ਗੱਲਾਂ ਨੇ। ਸੋ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਇੱਦਾਂ ਦੇ ਮੈਸੇਜ, ਇੱਦਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ, ਉਹਨਾਂ ਨੂੰ ਕਿਸੇ ਤਰੀਕੇ ਬਦਨਾਮ ਕੀਤਾ ਜਾ ਸਕੇ। ਨੀਰੂ ਬਾਜਵਾ, ਅੰਬਰਦੀਪ ਸਿੰਘ, ਐਮੀ ਵਿਰਕ, ਇਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਇਸ ਚੀਜ਼ ਦੇ ਨਾਲ। ਜੋ ਇਹ ਗੱਲਾਂ ਨੇ, ਪ੍ਰੋਡਕਸ਼ਨ ਹਾਊਸ ਜੋ ਵੀ ਕਰਦਾ, ਉਹਨਾਂ ਨੂੰ ਸਿਰਫ ਤਿਆਰ ਕਰਵਾ ਕੇ ਦੇਣਾ, ਇਸ ਘਰ ਨੂੰ ਖੂਬਸੂਰਤ ਬਣਾ ਕੇ ਦੇਣਾ ਉਹਨਾਂ ਦੇ ਸੈੱਟ ਦੇ ਲਈ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹਨਾਂ ਦਾ ਕੰਮ ਹੈ। ਜੋ ਰੈਗੂਲਰ ਕਰਦੇ ਨੇ ਇਸ ਫਿਲਮ ਲਾਈਨ ਦੇ ਵਿੱਚ, ਬਹੁਤ ਕੁਛ ਕਰਦੇ ਨੇ। ਸੋ ਇੱਦਾਂ ਦੀਆਂ ਚੀਜ਼ਾਂ ਜੋ ਉਹ ਬਦਨਾਮੀ ਵੱਲ ਲੈ ਕੇ ਜਾਂਦੀਆਂ ਨੇ, ਲੋਕ ਝੂਠ ਬੋਲ ਕੇ ਆਪਣੀ ਪਬਲਿਸਿਟੀ ਕਰਦੇ ਨੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ।